दोस्तों ATN अल्फा पंजाबी उपर एडमिंटन शहर तो लैके हाजिर हाँ वतन TV प्रोग्राम साढ़े प्रोग्राम तुम पसंद करते हो तो सारे का बहुत बहुत धन्यवाद। समय समय से असी अपने पंजाबी दे कलाकारां नाल फनकारां नाल तुहाडी मुलाकात करवाने रहिंदे आ। ते अज दे इस प्रोग्राम दे विच एक अजिहा कलाकार तुहाडे रूबरू करन जा रहे हैं जो अपनी कला सदके अपनी गायकी सदके लहिंदे पंजाब दे विच नहीं चढ़दे पंजाब दे विच भी उन्ना ही मकबूल है। मेरी मुराद गिल हरदीप गिल साहब, सब तो पहला वतन TV प्रोग्राम दे विच तुहानू निघी जिया। संधू साहब, वतन TV देख रहे सारे दर्शकों नू तुहाडे वीर गिल हरदीप वल्लों प्यार भरी सत श्री अकाल, नमस्कार आदाब जी। गिल साहब, आप गलबात शुरू करते हैं, तुहाडे बचपन तो लैके किहड़े पिंड जन्मे ते उत्थे जिहड़ा स्कूलिंग कित्थों दी है, किहड़े किहड़े मास्टरां तों कुट खाधी है ते बाद दे विच जिहड़ा गायकी दा सफर कदों शुरू होया? मेरा कोकरी कलां पिंड है जी, मालवे दा, मोगे जिले दा पिंड, घोगवास दा पिंड, बहुत वड्डा पिंड आ ते 16 पत्तियां साढ़े पिंड च। सो मेरा उत्थे तख्त उपरे मेरे नानके है, जन्म मेरा उत्थे होया ते सारा बचपन जिहड़ा कोकरी कलां तो मैं 8वीं तक उत्थे पढ़िया। ਫਿਰ ਉਦੋਂ ਮੈਂ ਢੁੱਡੀ ਗਏ ਕਾਲਜ ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ, ਉੱਥੇ ਜਾ ਵੜਿਆ ਬਾਬਾ ਪਾਖਰ ਸਿੰਘ, ਔਰ ਫਿਰ ਉਦੋਂ ਬਾਅਦ ਲਾਲਾ ਲਾਜਪਤ ਰਾਏ ਕਾਲਜ ਢੁੱਡੀ ਗਏ, ਉੱਥੇ ਮੈਂ BA ਫਾਈਨਲ ਉੱਥੋਂ ਤੱਕ, ਫਿਰ ਉਦੋਂ ਬਾਅਦ ਮੈਂ ਇੱਧਰ ਆ ਗਿਆ। ਠੀਕ ਹੈ ਜੀ। ਅਤੇ ਹੁਣ ਗੱਲਬਾਤ ਕਰਦੇ ਹਾਂ ਗਿੱਲ ਸਾਹਿਬ, ਤੁਹਾਡੇ ਗਾਇਕੀ ਦੇ ਸਫ਼ਰ ਦੀ, ਜਿਹੜਾ ਗਾਇਕੀ ਦਾ ਸਫ਼ਰ ਆ, ਪਹਿਲਾ ਕਿਹੜਾ ਗੀਤ ਆ ਜਿਹੜਾ ਤੁਸੀਂ ਮਤਲਬ ਗਾਇਆ ਕਿਸੇ ਵੀ ਸਕੂਲ ਸਭਾ ਦੇ ਵਿੱਚ ਜਾਂ ਕਿਸੇ ਵੀ ਮਤਲਬ ਪਿੰਡ ਦੀ ਜਿਹੜੀ ਸੱਥ ਦੇ ਵਿੱਚ? ਸਭ ਤੋਂ ਪਹਿਲਾਂ ਵੈਸੇ ਅਸੀਂ ਗਾਉਂਦੇ ਰਹਿੰਦੇ ਸਕੂਲ ਦੇ ਵਿੱਚ, ਸਾਡੀ ਮੈਡਮ ਜੀਜਾ ਹੁੰਦੀ ਸੀ ਅਤੇ ਇੱਕ ਪ੍ਰਵੀਨ, ਦੋ ਮਤਲਬ ਸਾਡੇ ਪਿੰਡ ਦੇ ਜਿਵੇਂ ਦਾਦਾ ਫੈਮਲੀਆਂ ਸੀਗੀਆਂ, ਉਹਨਾਂ ਕੋਲੋਂ ਮੈਂ ਸਿੱਖਦਾ ਰਿਹਾ। ਸਕੂਲ ਦੇ ਵਿੱਚ ਵੀ ਸ਼ਬਦ ਸਿੱਖਦੇ ਹੁੰਦੇ ਸੀਗੇ, ਫਿਰ ਉਹਨਾਂ ਨੇ ਮੈਨੂੰ ਹੋਰ ਜਿੰਨਾ ਕੁ ਮੈਂ ਉੱਥੋਂ ਸਿੱਖ ਸਕਿਆ। ਉਦੋਂ ਬਾਅਦ ਸਾਡੇ ਪਿੰਡ ਕੁਲਦੀਪ ਮਾਨ ਸਾਹਿਬ ਦਾ ਅਖਾੜਾ ਲੱਗਣਾ ਸੀਗਾ, ਕੁਦਰਤੀ ਉਹਨਾਂ ਦੀ ਸਿਹਤ ਖਰਾਬ, ਉਹ ਆ ਨਹੀਂ ਸਕੇ। ਪਿਆਰਾ ਸਿੰਘ ਪੰਛੀ ਆਏ ਸੀ ਲੰਡਨ ਚਿੜੀ ਇੱਕ, ਉਹਦੇ ਵਿੱਚ ਫਿਰ ਮਾਨਕ ਸਾਹਿਬ ਦਾ ਗੀਤ ਗਾਇਆ ਸੀ ਸਭ ਤੋਂ ਪਹਿਲਾਂ ਸਟੇਜ 'ਤੇ। ਮੈਂ ਉਦੋਂ ਇੰਨਾ ਲੋਕਾਂ ਦਾ ਇਕੱਠ ਹੁੰਦਾ ਸੀ, ਮੰਨ ਲਓ ਤੁਸੀਂ ਉਹ ਦੌਰ ਦੇਖਿਆ ਸਾਰਾ ਜਿਹੜਾ ਅਖਾੜਿਆਂ ਦਾ ਪੰਜਾਬ ਦਾ, ਉਹਦੇ ਟਰੱਕਾਂ 'ਤੇ ਟਰਾਲੀਆਂ 'ਤੇ ਲੋਕ ਖੜੇ ਹੁੰਦੇ ਸੀ ਅਤੇ ਉਹ ਗਾਣਾ ਮਾਨਕ ਸਾਹਿਬ ਦਾ ਸੀਗਾ, ਵੀਰ ਊਠਾਂ ਵਾਲੇ ਹੋਵੇ ਪਾਣੀ ਪੀ ਜਾਓ ਦੋ ਪਲ ਬਹਿ ਕੇ, ਕੌਲਾ ਡੱਕੇ ਚੌਦੀ ਦਾ ਜਾਇਓ ਇੱਕ ਸੁਨੇਹਾ ਲੈ ਕੇ। ਸੋ ਮੈਂ ਗਾਇਆ ਸੀ ਸਕੂਲ ਦੇ, ਮੇਰੇ ਉਹ ਇੰਗਲਿਸ਼ ਸਕੂਲ 'ਚ ਪੜ੍ਹਦਾ ਸੀ ਮੈਂ ਅਤੇ ਨੀਲੀ ਨਿੱਕਰ ਅਤੇ ਕੱਛਾ ਜਿਹੜਾ ਅਤੇ ਚਿੱਟੀ ਸ਼ਰਟ ਸ਼ਾਇਦ ਸੀ ਮੈਨੂੰ ਯਾਦ, ਛੋਟੀ ਜਿਹੀ ਟਾਈ, ਉਹ ਲੋਕਾਂ ਨੇ ਮੈਨੂੰ ਹੱਥਾਂ 'ਤੇ ਚੱਕ ਲਿਆ ਅਤੇ ਅੱਧੇ ਤਾਂ ਕਹਿੰਦੇ ਯਾਰ ਇਹ ਵੀ ਇਹ ਜੱਟਾਂ ਦਾ ਮੁੰਡਾ ਤਾਂ ਹੋ ਨਹੀਂ ਸਕਦਾ, ਮੇਰਾ ਰੰਗ ਵੀ ਪੱਕਾ ਆ, ਇਸ ਕਰਕੇ ਮੈਨੂੰ ਕਹਿੰਦੇ ਵੀ ਸੋ। ਪਰ ਉਸ ਮੇਲੇ ਨੇ ਮੇਰੀ ਪਹਿਲੀ ਸਟੇਜ ਉਹੀ ਸੀਗੀ। ਠੀਕ ਆ ਜੀ। ਅਤੇ ਪਹਿਲਾਂ ਜਿਹੜਾ ਗੀਤ ਆ ਕਿਹੜਾ ਰਿਕਾਰਡ ਹੋਇਆ ਤੁਹਾਡਾ? ਪਹਿਲਾਂ ਮੇਰੀ ਸਭ ਤੋਂ ਪਹਿਲੀ ਟੈਪ ਜਿਹੜੀ ਕੈਸਟ ਜਿਹੜੀ ਆਈ ਸੀਗੀ ਸਾਗਾ ਕੰਪਨੀ ਦੇ ਵਿੱਚ ਆਈ ਸੀ, ਪੀਣੀ ਅਸਰ ਤੋਂ ਵਾਰ ਕੇ, ਉਹ ਅੱਜ ਵੀ ਜਿੰਨਾ ਮੇਰਾ ਖਿਆਲ ਜਿੰਨਾ ਮੈਂ ਉਸ ਗਾਣੇ ਤੋਂ ਮੈਂ ਅਖਾੜਿਆਂ 'ਤੇ ਗਾਇਆ, ਉਦੋਂ ਮੇਰਾ 100 ਗੁਣਾ ਵੱਧ ਆਰਕੈਸਟਰਿਆਂ ਨੇ ਪੰਜਾਬ 'ਚ ਗਾਣਾ ਗਾਇਆ ਸੀਗਾ, ਕਿਉਂਕਿ ਮਾਹੌਲ ਜਿਹਾ ਬਣਾਉਂਦਾ ਸੀ ਵਿਆਹ ਵੂਹਾਂ ਦਾ ਗਾਣਾ। ਸੋ ਇਸ ਤਰ੍ਹਾਂ ਦਾ ਗੀਤ ਸੀ ਉਹ, ਪਹਿਲਾਂ ਸਾਗਾ ਕੰਪਨੀ ਦੇ ਵਿੱਚ ਜੈਦੇਵ ਕੁਮਾਰ ਦਾ ਮਿਊਜ਼ਿਕ ਸੀ। ਅਤੇ ਉਸ ਤੋਂ ਬਾਅਦ ਗਿੱਲ ਸਾਹਿਬ, ਤੁਹਾਡੀਆਂ ਅਨੇਕਾਂ ਜਿਹੜੀਆਂ ਕੈਸਟਾਂ ਨੇ ਆ ਚੁੱਕੀਆਂ ਨੇ ਅਤੇ ਲੋਕਾਂ ਨੇ ਤੁਹਾਨੂੰ ਪੰਜਾਬੀ ਗਾਇਕੀ ਨੂੰ ਸੁਣਨ ਵਾਲਿਆਂ ਨੇ ਤੁਹਾਨੂੰ ਬੇਹੱਦ ਪਿਆਰ ਵੀ ਦਿੱਤਾ। ਅੱਜ ਤੱਕ ਜਿਹੜੇ ਤੁਸੀਂ ਗੀਤ ਗਾਏ ਨੇ ਬੇਸ਼ੱਕ ਉਹ ਸੱਭਿਆਚਾਰਕ ਗੀਤ ਵੀ ਸੀਗੇ ਜਿਵੇਂ ਸੀੜੀ ਮਾਰ ਅਰਜਣਾ ਵੇ, ਅਤੇ ਉਹ ਤੋਂ ਇਲਾਵਾ ਜਿਹੜੇ ਹੋਰ ਗੀਤ ਕਾਫੀ ਮਕਬੂਲ ਹੋਏ, ਪਾਕਿਸਤਾਨੀ ਪੰਜਾਬ ਬਾਰੇ ਵੀ ਤੁਸੀਂ ਪੰਜਾਬ ਦੀ ਵੰਡ ਨੂੰ ਲੈ ਕੇ ਵੀ ਗੀਤ ਗਾਏ, ਉਹਨਾਂ ਦੇ ਵਿੱਚੋਂ ਇੱਕ ਅੱਧਾ ਗੀਤ ਸਾਨੂੰ ਜ਼ਰੂਰ ਸੁਣਾਓ। ਇਹ ਵੀ ਕੁਦਰਤੀ ਸਵਾਬ ਹੁੰਦਾ ਵੀ ਉਹ ਗੀਤ ਮੇਰੇ ਹਿੱਸੇ 'ਚ ਆ ਗਏ ਜੀ, ਔਰ ਬਾਕੀ ਤੁਹਾਡਾ ਪਿਆਰ ਮੁਹੱਬਤ ਲੋਕਾਂ ਦਾ। ਮੱਖਣ ਬਰਾੜ ਸਾਹਿਬ ਦਾ ਲਿਖਿਆ ਗੀਤ ਸੀ ਕਰੀ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ, ਉਹਨਾਂ ਗੀਤ ਦੌਰ ਦੇ ਵਿੱਚ ਉਹ ਬੱਸ ਚੱਲੀ, ਉਹਦਾ ਮੈਂ ਸਥਾਈ ਤੁਹਾਨੂੰ ਸੁਣਾ ਦਿੰਦਾ। ਹੋ ਸੁਖੀ ਵਸੇ ਕਸ਼ਮੀਰ, ਹੋ ਸੁਖੀ ਵਸੇ ਕਸ਼ਮੀਰ, ਮੁੱਕੇ ਰੇੜਕਾ ਪਿਸ਼ੌਰ ਦਾ, ਹੋ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ, ਹੋ ਕਰੀ ਕਿਤੇ ਮੇਲ ਮੌਲਾ
ਦਿੱਲੀ ਤੇ ਲਾਹੌਰ ਦਾ ਏ ਹਰਜੀਤ ਸੰਧੂ ਸਰਵਿੰਗ ਆਲ ਯੂਅਰ ਰੀਅਲ ਅਸਟੇਟ ਨੀਡਸ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਇਦਾਦ ਵੇਚਣੀ ਜਾਂ ਖਰੀਦਣੀ ਹੋਵੇ ਤਾਂ ਆਪਣੀ ਕਮਿਊਨਿਟੀ ਦੇ ਭਰੋਸੇਯੋਗ ਰੀਅਲਟਰ ਹਰਜੀਤ ਸੰਧੂ ਨੂੰ ਮਿਲੋ ਜਾਂ ਫੋਨ ਕਰੋ 780-233-3100। To view thousands of properties online, visit harjeetsandhu.com. Car accident, immigration da koi bhi kaam hove, tusi kise bhi kisam di property khareedni ja vechni hove, prosejog te siyane, barrister ate solicitor, surgeon Luthra Horan hamesha yaad rakho. Tuhadi koi bhi kanooni samasya layi, tusi apne surgeon Luthra nu hamesha yaad rakho. In case tuhanu saadi help di zarurat hove, te we are always at your service. You can call me anytime. My phone number is 780-466-4660. Meri hamesha koshish rehndi hai ki main apne sare clients nu satisfied te khush dekhan. Ji haan, tuhadiyan samasyaan da hal Luthra Law Office. ਐਡਮਿੰਟਨ ਸ਼ਹਿਰ ਅਤੇ ਆਸ ਪਾਸ ਦੇ ਏਰੀਏ ਵਿੱਚ ਕੋਈ ਵੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਤਾਂ ਰੀਅਲਟੀ ਐਗਜ਼ੈਕਟਿਵ ਪਲੈਰਸ ਨਾਲ ਕੰਮ ਕਰਦੇ ਅਤੇ ਪਿਛਲੇ 3 ਸਾਲਾਂ ਤੋਂ ਕਸਟਮਰ ਸਰਵਿਸ ਅਵਾਰਡ ਜੇਤੂ ਗੁਰਪ੍ਰੀਤ ਘਟੌੜਾ ਹੁਣਾਂ ਨੂੰ ਫੋਨ ਕਰੋ 780-951-6530 ਜਾਂ ਵੈਬਸਾਈਟ ਵਿਜ਼ਿਟ ਕਰੋ admintonhomesonsale.com। ਯੂਅਰ ਰੀਅਲਟਰ ਫੋਰ ਲਾਈਫ ਗੁਰਪ੍ਰੀਤ ਘਟੌੜਾ। ਘਰ ਵਰਗਾ ਖਾਣਾ ਏ ਬਈ ਪਿੰਡ ਪੰਜਾਬ ਦਾ। ਪਿੰਡ ਪੰਜਾਬ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਪਿੰਡ ਪੰਜਾਬ ਮੇਰਾ ਮਨਪਸੰਦ ਰੈਸਟੋਰੈਂਟ, ਬਹੁਤ ਵਧੀਆ ਇਹਨਾਂ ਦਾ, ਨਾਈਸ ਟ੍ਰੀਟ ਕਰਦੇ ਆ ਤੇ ਨਾਲੇ ਖਾਣਾ ਬਹੁਤ ਵਧੀਆ ਹੁੰਦਾ। Our meal at Pind Punjab was fantastic. We enjoyed the meal. Everything, service ਬਹੁਤ ਵਧੀਆ ਜੀ। ਬਹੁਤ ਕਲੀਨ ਰੈਸਟੋਰੈਂਟ ਆ। ਹਰ ਵੇਲੇ ਚਿਹਰੇ ਤੇ ਮੁਸਕਾਨ ਲੈ ਕੇ ਹਾਜ਼ਰ ਨੇ ਰਾਜਾ ਨਾਗਪਾਲ ਤੇ ਯਾਦਵਿੰਦਰ ਚੀਮਾ ਜੀ। ਜੀ ਆਇਆ ਕਹਿੰਦਾ ਏ ਬਈ ਪਿੰਡ ਪੰਜਾਬ ਦਾ। ਪੀਜ਼ਾ ਮਿਲਾਨੋ ਐਡਮਿੰਟਨ ਸ਼ਹਿਰ ਵਿੱਚ ਪੰਜਾਬੀਆਂ ਦੇ ਗੜ੍ਹ ਮਿਲਵੁੱਡਸ ਵਿਖੇ ਖੁੱਲ੍ਹ ਗਿਆ ਹੈ ਪੀਜ਼ਾ ਮਿਲਾਨੋ, ਜਿੱਥੇ ਪੀਜ਼ੇ ਤੋਂ ਇਲਾਵਾ ਹਰ ਪ੍ਰਕਾਰ ਦੇ ਈਸਟ ਇੰਡੀਅਨ, ਚਾਈਨੀਜ਼ ਜਾਂ ਇਟੈਲੀਅਨ ਡਿਸ਼ਿਜ਼ ਵੀ ਲੈ ਸਕਦੇ ਹੋ। ਅਸੀਂ ਹਰ ਪ੍ਰਕਾਰ ਦੀ ਪਾਰਟੀ ਲਈ ਕੇਟਰਿੰਗ ਵੀ ਕਰਦੇ ਹਾਂ। ਮਿਲਵੁੱਡਸ ਵਿੱਚ ਡਿਲੀਵਰੀ ਬਿਲਕੁਲ ਫ੍ਰੀ। ਪੀਜ਼ਾ ਮਿਲਾਨੋ ਦੇ ਸ਼ੈਫ ਕੁੱਕ ਸੁਰੇਸ਼ ਰਾਣਾ ਨੂੰ 16 ਸਾਲਾਂ ਦਾ ਕੁਕਿੰਗ ਦਾ ਤਜਰਬਾ ਹੈ। ਇੱਕ ਵਾਰ ਖਾਓਗੇ ਤਾਂ ਵਾਰ ਵਾਰ ਆਓਗੇ। ਪੀਜ਼ਾ ਮਿਲਾਨੋ ਦਾ ਫੋਨ ਨੰਬਰ ਹੈ 780-399-0999 ਤੇ ਪਤਾ 4418 36 Avenue, ਮਿਲਵੁੱਡਸ ਰੋਡ ਈਸਟ, ਪੀਜ਼ਾ ਮਿਲਾਨੋ। ਡਾਕਟਰ ਜਤਿੰਦਰ ਸਿੰਘ ਪਰਹਾਰ, ਦੰਦਾਂ ਦੀਆਂ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੇ ਪ੍ਰੋਫੈਸ਼ਨਲ ਇਲਾਜ ਲਈ ਡਾਕਟਰ ਜਤਿੰਦਰ ਸਿੰਘ ਪਰਹਾਰ ਦਾ ਨਾਂ ਜ਼ਰੂਰ ਚੇਤੇ ਰੱਖੋ। ਤੁਹਾਡੀ ਸੇਵਾ ਵਿੱਚ 2 ਲੋਕੇਸ਼ਨ ਹਾਜ਼ਰ ਹਨ, ਨਾਰਥ ਸਾਈਡ 'ਚ ਸਨਿਚਰਵਾਰ ਨੂੰ ਅਤੇ ਸਾਊਥ ਸਾਈਡ ਐਤਵਾਰ ਨੂੰ ਖੋਲ੍ਹਦੇ ਹਨ। ਦੰਦਾਂ ਦੀ ਇੰਸ਼ੋਰੈਂਸ ਨਾ ਹੋਣ 'ਤੇ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ। ਡਾਕਟਰ ਜਤਿੰਦਰ ਸਿੰਘ ਪਰਹਾਰ। ਫੈਂਸੀ ਡੋਰਸ ਐਂਡ ਮੋਲਡਿੰਗਸ ਤੋਂ ਰੈਜ਼ੀਡੈਂਸ਼ੀਅਲ ਇੰਟੀਰੀਅਰ ਐਂਡ ਐਕਸਟੀਰੀਅਰ ਡੋਰਸ, ਬਾਈਫੋਲਡਸ, ਕਲਾਊਨ ਮੋਲਡਿੰਗਸ, ਬੇਸਬੋਰਡਸ ਤੇ ਕੇਸਿੰਗ ਦੇ ਨਾਲ ਨਾਲ ਹਰ ਕਿਸਮ ਦੀਆਂ ਐਕਸੈਸਰੀਜ਼ ਤੇ ਲੌਕਸ ਵੀ ਲੈ ਸਕਦੇ ਹੋ। ਵੀ ਆਲਸੋ ਪ੍ਰੋਵਾਈਡ ਕਮਰਸ਼ੀਅਲ ਫਾਇਰ ਰੇਟਡ ਡੋਰਸ ਫਾਰ ਅਪਾਰਟਮੈਂਟ ਬਿਲਡਿੰਗਸ ਐਂਡ ਹੋਟਲਸ। ਫੈਂਸੀ ਡੋਰਸ ਐਂਡ ਮੋਲਡਿੰਗਸ ਦਾ ਪਤਾ 9129-35 Avenue ਅਤੇ ਫੋਨ ਨੰਬਰ 780-432-7700। ਗਲੋਬਲ ਐਜੂਕੇਸ਼ਨਲ ਟਰੱਸਟ ਪਲਾਨ ਵਿੱਚ ਆਪਣੇ ਬੱਚਿਆਂ ਦੀ ਉਚੇਰੀ ਵਿੱਦਿਆ ਲਈ ਪੂੰਜੀ ਜਮ੍ਹਾਂ ਕਰਕੇ ਤੁਸੀਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਦੀ $9200 ਤੱਕ ਦੀ ਗ੍ਰਾਂਟ ਲੈ ਸਕਦੇ ਹੋ। ਇਹ ਗ੍ਰਾਂਟ ਲੈਣ ਲਈ ਤੁਹਾਡੇ ਬੱਚੇ ਨੂੰ 2, 3, ਜਾਂ 4 ਸਾਲ ਸਕੂਲ ਨਹੀਂ ਜਾਣਾ ਪੈਂਦਾ, ਬਲਕਿ 3 ਹਫ਼ਤਿਆਂ ਦਾ ਕੋਰਸ ਲੈ ਕੇ ਵੀ ਤੁਸੀਂ ਪੂਰੀ ਦੀ ਪੂਰੀ ਗ੍ਰਾਂਟ ਦਾ ਲਾਭ ਉਠਾ ਸਕਦੇ ਹੋ। ਤੁਹਾਡਾ ਬੱਚਾ ਦੁਨੀਆ ਦੇ ਕਿਸੇ ਵੀ ਪੋਸਟ ਸੈਕੰਡਰੀ ਸਕੂਲ ਵਿੱਚ ਜਾ ਕੇ ਪੜ੍ਹ ਸਕਦਾ ਹੈ। ਜੇਕਰ ਤੁਹਾਡਾ ਬੱਚਾ ਨਹੀਂ ਵੀ ਪੜ੍ਹਦਾ ਤਾਂ ਗਲੋਬਲ RESP ਪਲਾਨ ਦੂਜੇ ਭੈਣ ਭਰਾ ਨੂੰ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਟੂ ਲਰਨ ਮੋਰ ਅਬਾਊਟ ਗਲੋਬਲ RESP ਪਲਾਨ, ਕਾਲ ਕਵਲ ਸੰਧੂ ਟੂਡੇ ਐਟ 780-440-9310। ਐਡਮਿੰਟਨ ਸ਼ਹਿਰ ਦੇ ਵਿੱਚ ਕਿਸੇ ਵੀ ਕਿਸਮ ਦੀ ਗਰੋਸਰੀ, ਤਾਜ਼ਾ ਸਬਜ਼ੀਆਂ, ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਮਠਿਆਈਆਂ ਜਾਂ ਰਸੋਈ ਦੀ ਵਰਤੋਂ ਵਿੱਚ ਆਉਣ ਵਾਲੇ ਬਰਤਨ ਖਰੀਦਣੇ ਹੋਣ ਤਾਂ ਸੇਵਾ ਦਾ ਮੌਕਾ ਦਿਓ ਏਸ਼ੀਅਨ ਗਰੋਸਰੀ ਸੈਂਟਰ ਵਾਲੇ ਬਲਕਾਰ ਥਿੰਦ ਹੋਣਾ ਨੂੰ। ਗਰੋਸਰੀ ਦੇ ਵਿੱਚ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਇਹਨਾਂ ਕੋਲ ਪੁਰਾਣੀਆਂ ਅਤੇ ਨਵੀਆਂ ਹਿੰਦੀ ਪੰਜਾਬੀ ਮੂਵੀਜ਼ ਦੀ ਬੇਸ਼ੁਮਾਰ ਕਲੈਕਸ਼ਨ ਹੈ। ਵੀ ਹੈਵ ਬਿਗੈਸਟ ਰੇਂਜ ਇਨ ਦਾ ਗਰੋਸਰੀ। ਇੱਥੋਂ ਤੁਸੀਂ ਵੈਸਟਰਨ ਯੂਨੀਅਨ ਰਾਹੀਂ ਇੰਡੀਆ ਪੈਸੇ ਭੇਜ ਜਾਂ ਮੰਗਵਾ ਵੀ ਸਕਦੇ ਹੋ। ਵੀ ਆਰ ਬੈਸਟ ਇਨ ਕੁਆਲਿਟੀ ਐਂਡ ਪ੍ਰਾਈਸਿਸ।
1521 Millwoods Road East, phone number 780-461-5533, Asian Grocery Center. दोस्तों गलबात कर रहे हैं लोग गायक गिल हरदीप हुणां दे नाल, उम्मीद करते हैं कि अज का प्रोग्राम तुहानूं पसंद आ रहा होगा। हाँ जी गिल साहब, ब्रेक तो बाद एक बार फिर तुहाडा स्वागत है वतन टीवी प्रोग्राम दे विच। जिन्नियां भी हुण तक तुहाडियां जिहड़ियां कैसटां आईयां ने, हुण जिहड़ियां लेटली किहड़ी कैसट आई है ते उहदे विच कोई मकबूल गीत तुहाडा उहदे दो हो जाणा चाहुंदा? संधू साहब, इस तरह भी हर साल मैं कैसट नहीं करदा, एक साल छड्ड के एक साल मैं दो गीत करदा, जो दो जां तीन, एक साल दस गीत, मतलब ट्रेंडी काफ़ी, क्योंकि अजकल सी डी का जो ट्रेंड करनी बड़ी औखी, क्योंकि कारण यह है भी सी डी की पायरेसी करके नहीं बैक नहीं रहा, पर लोग सुनते है, साढ़े स्रोते बैठे सुनते हैं, इस करके अं करते रहने। जो लेट हूँ जो लेटली गाने आए थे मेरे, वो साड़ी मल्टी कैसेट से, सांभ लो मापे मिलूरा मापे, कित भजन की लड़ नहीं, तो मतलब उदू पेल्ला पंजाबी नहीं हों, इस तरह के बहुत गाने, जुग जुग जी मैं माना माण पंजाबी बोली का, हम मेरी पूरी कैसेट आ रही है, अठ गाने अक्तूबर के। गाने की गल की है जी, सांभ लो मापे मिलू रब आपे, वो एक बार सा के साथ दर्शकों सुना दो, फिर तुहाडा सारा गीत अपना दर्शकों सुनाने जी। हो दुनिया पागल की धर्म दया ठेकेदार ने, बैंकों के खाते थले महंगिया कार ने, सिरे दे ठग मचाते अग पिछे लगन की लोड़ नहीं, सांभ लो मापे मिलू रब आपे किते भजन की लोड़ नहीं, सांभ लो मापे मिलू रब आपे किते भजन की लोड़ नहीं। हुण तक जिन्हें भी तुसीं गीत गाए ने, साफ सुथरे गीत गाए ने, बेशक वो सभ्याचारक गीत सी जां जिहड़ियां समाज दीआं कुरीतियां ने उहनां नूं लै के तुसीं, जे तुसीं मतलब करप्शन की भी गल की है, चोरां दे वस पै के भारत मां करलाउंदी है, जां दूसरे जे तुसीं भरूण हत्या की गल की है, फुल नदियां च तार दिओ, नशियां की गल की है, पानी पंज दरियावां दे, नशियां दा घुण खा गया पुतराणियां मावां दे, नशियां दा घुण खा गया पुतराणियां मावां दे। हाँ जी तुसीं, हाँ जी हाँ, यह जे तुसीं जिहड़े विशेष शोए ने अपने गीतां दे विच, एक वखरापन है तुहाडे गीतां दे विच, इह जिहड़ा वखरापन रखण दी इह घरों गुड़ती मिली जां शुरू तों प्राण लिया सी, मतलब साफ सुथरे गीत गाउणे ने? कुदरती संधू साहब नेचर हुंदी बंदे दी, किसे दी वी तुहाडी आ जिन्ने वी अड्डो अड्डी नेचर आ, मैं शुरू तों ही एक तां साहित पढ़दा रहा, जिहड़ा मतलब मुल्क दे भले वास्ते जिन्हां ने भी काम कीता, साडे शहीद होए आ जां मतलब जिन्हां ने भी अच्छे काम किए, वो बहुत पढ़े आ, शहीद आजम भगत सिंह, उन्हां तों बहुत मैं प्रभावित हाँ, साहिब कमाल श्री गुरु गोबिंद सिंह जी महाराज, मतलब इन्हां लोगों ने लोगों वास्ते, सो इस दिल च एक जज्बा भी, जिन्हां जिहड़े लताड़े लोग उन्हां वास्ते कुछ हाँ का नारा मारिया जाए, तो जिन्हां ने गलत काम किए उन्हां नूं गीतां राहीं, क्योंकि मेरे को मैं गाने राही कर सकता, वो मैं राहे बगाए हर कैसेट करता रहना। ठीक है जी गिल साहब, बहुत खुशी होंदी है इहो जिहे गीत सुन के, जदों तुसीं कोई भी गल करदे हो, समाज दे पक्ष की गल करदे हो, लोक पक्षी गल करदे हो, गीतां राही करदे हो, इहो जिहे गीत सुन के साडे जिहड़े स्रोते ने, दर्शक ने, देखण वाले साडे प्रोग्रामां नूं, उह भी पसंद करदे ने जदों तुहाडे इहो जिहे गीत असीं अपने दर्शकां दे नाल रूबरू करदे हां, ते इहो जिहे जिहड़ी सोच आ, मैं कई वारी तुहाडे बारे सोचदा हुंदा वी, मतलब जिहड़ा आम लोक कह दिंदे ने वी खब्बे पक्षी सोच आ, तो गामरेड वाली सोच कह लो, परिवार के इदा का कोई माहौल है या आप ही इदा का कुछ सोचा होया? तर्कशी साहित बहुत पढ़िया, मेरे चाचा जी प्रिंसीपल रिटायर हुए ने हरबंस सिंह जी, उन्होंने जिते सानू पढ़ाया जी आम स्कूलों कॉलेजों एजुकेशन, उस तो अलावा सानू यह भी पढ़ाया भी पखंडवाद तो बचना, ईवन सिख धर्म भी जोड़ा बनया ना, ये इसे बुनियाद पर ही बनया से, वहिमा भरमों नहीं मनना, भूतों प्रेतों नहीं मनना, धागे तवीतों नहीं मनना, बेशक असी भेज उधर तुर पे मटिया मसाणियों नहीं मनना, मैं तो इन गलों के आप बिल्कुल ही खिलाफ हाँ, भी उत्थे जाके मत्थे रगड़ी जाओ घर, माँ प्यो पानी नहीं पुछना, ये गल्ला दूरा ये नहीं चलनगिया नाल नाल। सो मेरी दिल चो ये भी गल हूँ, एक नवा मेरा विषय आ रहा अगले बार, भट्ठिया वाले जोड़े मजदूर आ उन्होंने मैं गाना कर रहा, क्योंकि बेचार ने जिन्हें एडिया एडिया बिल्डिंगा व्डिया तुम्हें बना के घर बार देते, वो बेचारे खुद उत्थे उन्होंने पुश्तों दर पुश्तों उन्होंने झुग्गिया बैठे हैं।